ਮਗਾ ਲਿਆ ਕੈਮਰਾ ਇਹਦੀ ਕਰੀਏ ਅਨਬੋਕਸਿੰਗ। ਪਹਿਲੀ ਚੀਜ਼ ਆ ਲੈਂਸ ਦਾ ਪ੍ਰੋਟੈਕਸ਼ਨ, ਇਹ ਪਾਇਆ ਕਰਨਾ ਜਦੋਂ ਨੋਟ ਇਨ ਯੂਜ਼ ਹੈ। ਆ ਗਈ ਇਨਵਿਜ਼ਿਬਲ ਸੈਲਫੀ ਸਟਿੱਕ, ਅਤੇ ਆ ਗਿਆ ਕੈਮਰਾ 360 3X INSTA360। ਅਤੇ ਆ ਗਈ ਕਿੱਟ ਆਪਣੀ ਸਨੋ ਵਾਲੀ, ਇਹਦੇ ਹੈੱਡ 'ਤੇ ਵੀ ਲੱਗ ਜਾਣਾ ਵਾ ਅਤੇ ਹੋਰ ਵੀ ਤਿੰਨ ਚਾਰ ਚੀਜ਼ਾਂ 'ਚ, ਬਾਕੀ ਖੋਲ੍ਹ ਕੇ ਦੇਖਦੇ ਹਾਂ। ਔਰ ਇੱਥੇ ਦਿੱਤੀਆਂ ਆਪਸ਼ਨਾਂ, ਅਤੇ ਦਿਖਾਉਂਦੇ ਹਾਂ ਹੁਣ ਓਪਨ ਕਰਕੇ ਇਹਨੂੰ। ਅਤੇ ਆਹ ਹੈਗੀ ਸੱਚ ਚਿੱਪ 128 GB, ਇਹਨੂੰ ਵੀ ਕਰਦੇ ਹਾਂ ਓਪਨ। ਅਤੇ ਅਨਬੋਕਸਿੰਗ, ਹਾਂਜੀ ਇਹਨੂੰ ਖੋਲ੍ਹੀ ਆ, ਇਹਨੂੰ ਖੋਲ ਦੀਏ ਕੱਦ ਦੇ ਨਾਲ ਆਪਣਾ, ਹੱਥ ਤਾਂ ਹੀ ਨਾ ਬਚੀ ਵੇ ਯਾਰ ਉਹ ਬੋਲਿਆ। ਅਤੇ ਦੇਖਦੇ ਹਾਂ ਕੀ ਸੱਪ ਨਿਕਲਦਾ ਵਿੱਚੋਂ। ਇੱਦਾਂ ਦਾ ਕੈਮਰਾ ਮੈਨੂੰ ਸੀਗਾ ਛੋਟਾ ਆਇਆ, ਪਰ ਥੋੜ੍ਹਾ ਵੱਡਾ ਲੱਗਾ ਸਾਈਜ਼ 'ਚ ਉਹਦਾ 360। ਕੀ ਚੀਜ਼ ਆ ਚਾਰ ਚਿਰ ਹੋਣਾ ਮੈਨੂੰ ਲੱਗਦਾ। ਸਾਈਜ਼ ਬੜੇ ਉਹਦੇ ਤਰ੍ਹਾਂ ਪਏ ਆ। ਆ ਹੈਗੀ ਚਾਰਜਿੰਗ ਪੋਰਟ, ਅਤੇ ਆ ਹੈਗਾ ਇਹਦਾ ਬੈਗ, ਟਰੈਵਲਿੰਗ ਬੈਗ, ਅਤੇ ਬਾਕੀ ਤਾਂ ਖਾਲੀ। ਅਤੇ ਇਹਨੂੰ ਦੇਖੀਏ ਚੈੱਕ ਕਰਕੇ, ਆ ਇੱਦਾਂ ਉੱਤੇ ਲੱਗ ਜਾਇਆ ਕਰਨਾ ਇਸ ਤਰ੍ਹਾਂ ਬੰਦ ਕਰ ਦਿੱਤੀ। ਲਓ ਯਾਰ ਹੈਗੀ ਸੈਲਫੀ ਸਟਿੱਕ, ਖੋਲ੍ਹੀਏ ਆਪਾਂ, ਮਤਲਬ ਇੱਕ ਬਲੌਗ ਇਹਦਾ ਹੀ ਬਣ ਜਾਣਾ ਯਾਰ ਉਹ। ਇਹ ਵੀ ਆਪਣੇ ਆਪ 'ਚ ਇੱਕ ਐਟਮ ਹੀ ਆ ਸੈਲਫੀ ਸਟਿੱਕ, ਇੰਨੀ ਐਕਸਟੈਂਡ ਹੁੰਦੀ ਆ। ਅੱਛਾ ਥੋੜ੍ਹੀ ਆ ਰਹੀ ਹੈ, ਇੰਨੀ ਹੋ ਜਾਏਗਾ ਨਹੀਂ, ਹੈ ਨਾ। ਇੱਥੇ ਵੀ ਟ੍ਰਾਈਪੋਡ ਆ, ਇੱਥੇ ਵੀ ਲਾ ਸਕਦੇ ਹਾਂ, ਉਹਦੇ ਇੱਥੋਂ ਕੈਮਰੇ 'ਤੇ ਲੱਗ ਜਾ ਕਰਨੇ ਆ। ਹੋਰ ਕੀ ਐਟਮ ਰਹਿ ਗਈ ਖੋਲ੍ਹਣ ਵਾਲੀ ਆਪਣੀ? ਆਹ ਖੋਲ੍ਹੀ ਹੁਣ ਇਹ 'ਚ ਕੀ ਆ, ਬੜਾ ਹੀ ਜੁਗਾੜ ਜਿਹਾ ਲੱਗਦਾ। ਅੱਛਾ ਚੈਸਟ ਵਾਲਾ ਆ, ਆਹ ਚੈਸਟ 'ਤੇ ਲਾਉਣ ਨੂੰ ਤਾਂ ਹੈੱਡ 'ਤੇ ਵੀ ਲੱਗ ਜਾਣਾ ਤਾ, ਅਤੇ ਚੈਸਟ 'ਤੇ ਵੀ ਲੱਗ ਜਾਣਾ। ਅਤੇ ਸੈਲਫੀ ਸਟਿੱਕ ਦੀ ਹੈਗੀ ਐਕਸਟੈਂਸ਼ਨ, ਐਕਸਟੈਂਡ ਕਰਨੀ ਆ ਤਾਂ। ਬਾਕੀ ਮਾਊਂਟ ਆ ਡਿਫਰੈਂਟ ਡਿਫਰੈਂਟ ਜਗ੍ਹਾ 'ਤੇ, ਤੁਸੀਂ ਕੈਮਰਾ ਸੈਟਅਪ ਕਰਨਾ ਹੈਗਾ ਅਤੇ ਉੱਥੇ ਉੱਥੇ ਹੀ ਕਰ ਸਕਦੇ ਹਾਂ, ਵੱਖਰੇ ਵੱਖਰੇ ਮਾਊਂਟ ਆ ਜੇ 1 2 3 4 5, ਇਹ ਵੱਖਰੇ ਵੱਖਰੇ ਮਾਊਂਟ ਆ। ਵੱਡਾ ਮਾਊਂਟ ਆ ਜੇ ਡੈਸ਼ਬੋਰਡ 'ਤੇ ਲਾਉਣਾ ਜਾਂ ਕਿੱਦਾਂ, ਇੱਕ ਆ ਦੇ ਥੱਲੇ ਹੋਰ ਆ ਇਹਦੇ, ਵਾਈਪਿੰਗ ਪੇਪਰ ਆ ਸਕਰੀਨ ਵਾਈਪ ਕਰਕੇ ਲਾਉਣ ਨੂੰ, ਹੈ ਨਾ।
ਤੇ ਕਾਫੀ ਜਗਾਡਾ ਆ। ਬਾਕੀ ਹੁਣ ਟਰੱਕ ਤੇ ਜਾ ਕੇ ਐਕਸਪੈਰੀਮੈਂਟ ਕਰਾਂਗੇ ਕਿੱਦਾਂ ਦਾ ਆ ਕਿੱਦਾਂ ਨਹੀਂ, ਹੈ ਨਾ। ਹੁਣ ਇਹਨੂੰ ਕਰਨਾ ਪੈਣਾ ਚਾਰਜ, ਚਾਰਜ ਕਰਕੇ ਫਿਰ ਕਰਦੇ ਹਾਂ ਟੈਸਟ, ਇਹਨੂੰ ਟੈਸਟ ਕਰਕੇ ਇਹਨਾਂ ਬਣਾਇਆ ਕਰਾਂਗੇ ਵਲੌਗ, ਵਲੌਗ ਬਣਾ ਕੇ ਤਾਂ ਕਰਦੇ ਹਾਂ ਤੁਹਾਨੂੰ ਸ਼ੋਅ। ਮਿੱਤਰੋ ਇਹ ਇੱਕ ਚੀਜ਼ ਹੋਰ ਸੀਗੀ, ਉਹ ਦਿਖਾਉਣਾ ਤੁਹਾਨੂੰ ਮੈਂ ਕਿੱਧਰ ਗਈ। ਆਹ ਮਿੱਤਰੋ ਹੈਗਾ ਅਡਾਪਟਰ, ਇਹਦੇ ਨਾਲ ਲੱਗਣਾ ਜਿਹੜਾ, ਅਤੇ ਇਹਦੇ ਨਾਲ ਮਾਈਕ ਲਾਇਆ ਕਰਨਾ। ਜਿਹੜੇ ਭਰਾਵਾਂ ਦੀ ਕੰਪਲੇਂਟ ਆਉਂਦੀ ਆ ਬਈ ਆਵਾਜ਼ ਨਹੀਂ ਪ੍ਰੋਪਰ ਆਉਂਦੀ ਤੁਹਾਡੀ, ਅਤੇ ਇਹ ਆਵਾਜ਼ ਵਾਲਾ ਜਗਾਡਾ ਆ, ਅਤੇ ਉਹਦੇ ਵਿੱਚ ਲੱਗ ਜਾ ਕਰਨਾ, ਅਤੇ ਇਹਦੇ ਉੱਤੇ ਆਪਣਾ ਡੀ ਜੇ ਆਈ ਮਾਈਕ ਲੱਗ ਜਾ ਕਰਨਾ। ਅਤੇ ਉਹਦਾ ਵੀ ਜਿਹੜਾ ਉਹ ਟੁੱਟਿਆ ਸੀਗਾ ਆਪਣੇ ਅਡਾਪਟਰ ਜਿਹਾ, ਉਹ ਵੀ ਮੰਗਾ ਲਿਆ ਮੈਂ। ਅਤੇ ਬਾਕੀ ਉਹਦਾ ਕਵਰ ਆ, ਟੀ ਵੀ ਲੈਂਸ ਪ੍ਰੋਟੈਕਸ਼ਨ ਵਾਲਾ ਹੀ ਆ। ਅਤੇ ਆਹ ਹੈਗੇ ਇਹਦੇ ਸਕਰੀਨ ਪ੍ਰੋਟੈਕਟਰ, ਕੈਮਰੇ ਦੇ ਦੋ ਆ ਇਹਦੇ ਵਿੱਚ। ਅਤੇ ਆਹ ਹੈਗੀ ਆ ਲੈਂਸ ਪ੍ਰੋਟੈਕਸ਼ਨ, ਇਹਦੀਆਂ ਦੋਨੇ ਸਾਈਡਾਂ ਵਾਲੀਆਂ ਲੈਂਸ 'ਤੇ ਲੱਗ ਜਾਣਾ, ਫਿਰ ਸਕਰੈਚ ਨਹੀਂ ਪਾਊਗੇ। ਅਤੇ ਬਾਕੀ ਚਲੋ ਮਿੱਤਰੋ, ਹੁਣ ਆਪਣੇ ਕਰਦਾ ਇਹਨੂੰ ਚਾਰਜ ਚੂਰਜ, ਅਤੇ ਫਿਰ ਸ਼ੂਟ ਕਰਦੇ ਹਾਂ ਵੀਡੀਓ, ਅਤੇ ਉਦੋਂ ਬਾਅਦ ਕਰਦੇ ਹਾਂ ਕਲਿੱਪ ਐਡ ਇਹਦੇ ਵਿੱਚ। ਹਾਂਜੀ ਮਿੱਤਰੋ, ਆ ਪਹਿਲੋਂ ਬਾਹਰਲਾ ਵਿਊ ਸੀਗਾ, ਹੁਣ ਆ ਇਨਸਾਈਡ ਵਾਲਾ ਵਿਊ ਆ। ਅਤੇ ਬਾਕੀ ਹੌਲੀ ਹੌਲੀ ਮਾਊਂਟ ਸੈੱਟ ਕਰਕੇ ਨਾ ਉਹ ਵਿਊ ਬਣਾਵਾਂਗੇ, ਬਾਹਰੋਂ ਵੀ ਆਪਣੇ ਮਾਊਂਟ ਕਰਾਂਗੇ ਸੈੱਟ 'ਤੇ। ਬਾਕੀ ਥੋੜ੍ਹਾ ਜਿਹਾ ਲਰਨ ਕਰੂੰਗਾ ਇਹਦਾ, ਕਿੱਦਾਂ ਆਪਣੇ ਇਹਨੂੰ ਐਡੀਟਿੰਗ ਵਗੈਰਾ ਕਰਨੀ ਆ, ਸੈਟਿੰਗ ਵਗੈਰਾ ਕਰਨੀ ਆ, ਹੈ ਨਾ। ਅਤੇ ਹੌਲੀ ਹੌਲੀ ਚੀਜ਼ਾਂ ਥੋੜ੍ਹਾ ਜਿਹਾ ਪਤਾ ਲੱਗਣਾ। ਅਤੇ ਬਾਕੀ ਮਾਈਕ ਮੁਈਕ ਵੀ ਮੰਗਾ ਲਿਆ, ਜਿਹੜੇ ਭਰਾਵਾਂ ਦੀ ਕੰਪਲੇਂਟ ਸੀਗੀ ਬਈ ਆਵਾਜ਼ ਨਹੀਂ ਉਹਦੀ ਪ੍ਰੋਪਰ, ਹੈ ਨਾ। ਹੁਣ ਆਵਾਜ਼ ਵੀ ਪ੍ਰੋਪਰ ਆਇਆ ਕਰੂਗੀ, ਅਤੇ ਬਾਕੀ ਚੈੱਕ ਕਰਕੇ ਦੱਸ ਦਿਓ ਗਾਹਾਂ, ਹੈ ਨਾ। ਸਾਡੇ ਨੈਕਸਟ ਬਲੌਗ ਆਉਣੇ ਆ, ਅਤੇ ਉਹਨਾਂ 'ਚ ਹੋਪਫੁਲੀ ਆਵਾਜ਼ ਸਹੀ ਆਊਗੀ ਤੁਹਾਨੂੰ। ਅਤੇ ਜੇ ਸਟਿੱਲ ਕੋਈ ਪ੍ਰੋਬਲਮ ਹੋਈ ਫਿਰ ਆਪਾਂ ਮਾਈਕ ਚੇਂਜ ਕਰ ਦੇਵਾਂਗੇ। ਅਤੇ ਬਾਕੀ ਦੱਸਿਓ ਕਮੈਂਟ ਕਰਕੇ ਗਾਹਾਂ ਆਪਣੇ ਜਿਹੜੇ ਗਾਹਾਂ ਇਸ ਤੋਂ ਬਾਅਦ ਜਿਹੜੇ ਬਲੌਗ ਪਾਊਂਗਾ ਨਾ, ਉਹਨਾਂ 'ਚ ਮਾਈਕ ਯੂਜ਼ ਕੀਤਾ ਹੋਇਆ ਆ, ਉਹ ਦੱਸਿਓ ਗਾਹਾਂ ਉਹਨਾਂ ਦੀ ਆਵਾਜ਼ ਊਜ ਕਿੱਦਾਂ ਆ, ਹੈ ਨਾ। ਅਤੇ ਅੰਦਰੋਂ ਦੱਸਿਓ ਕਿੱਦਾਂ ਦਾ ਵਿਊ ਲੱਗਦਾ, ਅੰਦਰੋਂ ਵੀ ਪੂਰਾ ਘੈਂਟ ਆਉਣ ਡਿਆ ਮੇਰੇ ਖਿਆਲ ਦੇ ਅਹਿਸਾਸ ਆ। ਤਾਂ ਇਹ ਆਪਣੇ ਲਾਈਟਾਂ ਰੂਟਾਂ, ਹੈ ਨਾ, ਔਨ ਕੀਤੀਆਂ ਸੀਗੀਆਂ ਬਲਿਊ ਅੰਦਰੋਂ ਮੈਂ। ਅਤੇ ਬਾਕੀ ਪਹਿਲੋਂ ਬਾਹਰਲਾ ਉਹ ਵਿਊ ਸੀਗਾ, ਹੈ ਨਾ। ਅਤੇ ਬਾਹਰ ਵੀ ਇੱਕ ਸ਼ੀਸ਼ੇ ਦੇ ਉੱਤੇ ਵੀ ਕੈਮਰਾ ਲਾਵਾਂਗੇ, ਅਤੇ ਹੌਲੀ ਹੌਲੀ ਸਾਰੇ ਹੀ ਸੈੱਟ ਕਰਾਂਗੇ ਆਪਾਂ ਕਹਾਣੀ, ਹੈ ਨਾ। ਬਾਕੀ ਚੈਨਲ ਨੂੰ ਕਰਿਓ ਲਾਈਕ ਅਤੇ ਸਬਸਕ੍ਰਾਈਬ, ਸਪੋਰਟ ਕਰਿਓ ਆਪਦੀ ਦੱਬ ਕੇ। ਅਤੇ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਟਰੱਕ ਵਾਲੇ 'ਚ, ਹੈ ਨਾ। ਅਤੇ ਰੱਬ ਰਾਖਾ ਮਿੱਤਰੋ।